ਵਿੱਚ ਨਸ਼ਾ ਵੇਚਣ ਤੋਂ ਰੋਕਣਾ ਪਿਆ ਗੁਰਸਿੱਖ ਨੂੰ ਮਹਿੰਗਾ। ਗੁਰਸਿੱਖ ਦੇ ਘਰ ਦੇ ਵਿੱਚ ਵੜ ਗਏ ਨਸ਼ਾ ਤਸਕਰ। ਦੇਖੋ ਕਿਵੇਂ ਨਸ਼ਾ ਤਸਕਰ ਦੇ ਵੱਲੋਂ ਬਦਮਾਸ਼ ਸੱਦੇ ਗਏ, ਹਥਿਆਰ ਲੈ ਕੇ ਗੁਰੂ ਸਿੱਖ ਦੇ ਗੁਰਸਿੱਖ ਦੇ ਘਰ 'ਚ ਵੜ ਕੇ ਗੁਰਸਿੱਖ 'ਤੇ ਹਮਲਾ ਕਰ ਦਿੱਤਾ, ਉਸਦਾ ਸਿਰ ਪਾੜ ਦਿੱਤਾ। ਤਾਂ CCTV ਦੇ ਵਿੱਚ ਸਾਰੀ ਘਟਨਾ ਕੈਦ ਹੋਈ ਹੈ, ਜਿਸ ਦੇ ਵਿੱਚ ਇੱਕ ਬਜ਼ੁਰਗ ਸਿੱਖ ਦਾ ਸਿਰ ਵੀ ਪੱਟ ਗਿਆ ਹੈ, ਉਹਨਾਂ ਦੇ ਮੁੰਡੇ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਗੁਰੂ ਨਗਰੀ ਅੰਮ੍ਰਿਤਸਰ ਦੀਆਂ, ਜਿੱਥੇ ਤਰਨ ਤਾਰਨ ਰੋਡ 'ਤੇ ਇੱਕ ਗੁਰਸਿੱਖ ਨੌਜਵਾਨ ਦੇ ਨਾਲ ਅਤੇ ਉਸਦੇ ਪਰਿਵਾਰ ਦੇ ਨਾਲ ਕੁਝ ਨੌਜਵਾਨ ਬਦਮਾਸ਼ਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ। ਗੁਰਸਿੱਖ ਨੇ ਆਪਣੇ ਇਲਾਕੇ ਦੇ ਵਿੱਚ ਨਸ਼ਾ ਵੇਚਣ ਤੋਂ ਰੋਕਿਆ ਸੀ, ਜਿਸ ਤੋਂ ਬਾਅਦ ਤਸਕਰਾਂ ਨੇ ਗੁੰਡੇ ਸੱਦੇ ਅਤੇ ਇਹਨਾਂ ਦੇ ਘਰ 'ਤੇ ਹਮਲਾ ਕਰ ਦਿੱਤਾ। ਨੇੜੇ ਲੱਗੇ CCTV ਦੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਹੈ, ਜਿਸ ਦੇ ਵਿੱਚ ਦੇਖ ਸਕਦੇ ਹੋ ਵੱਡੇ ਵੱਡੇ ਹਥਿਆਰ ਲੈ ਕੇ ਸਾਰੇ ਨੌਜਵਾਨ ਗੁਰਸਿੱਖ ਦੇ ਘਰ ਬਾਹਰ ਲਲਕਾਰੇ ਮਾਰ ਰਹੇ ਨੇ, ਗੁਰਸਿੱਖ ਦਾ ਸਿਰ ਪਾੜਤਾ ਹੈ। ਆਰੋਪੀਆਂ ਨੇ ਗੋਲੀਆਂ ਵੀ ਚਲਾਈਆਂ ਨੇ। ਇਸ ਤਰੀਕੇ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਇਹਨਾਂ ਦੇ ਵੱਲੋਂ ਫਾਇਰਿੰਗ ਵੀ ਕੀਤੀ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਅਗਲੀ ਕਾਰਵਾਈ ਵੀ ਸ਼ੁਰੂ ਕਰਤੀ ਹੈ। ਪਰ ਤਸਵੀਰਾਂ ਬੇਹੱਦ ਹੈਰਾਨ ਕਰਨ ਵਾਲੀਆਂ ਨੇ, ਕਿਉਂਕਿ ਆਪਣੇ ਇਲਾਕੇ ਦੇ ਵਿੱਚ ਇਹ ਨੌਜਵਾਨ ਨਸ਼ਾ ਰੁਕਵਾਉਣਾ ਚਾਹੁੰਦਾ ਸੀ, ਇਸਦਾ ਪਰਿਵਾਰ ਨਸ਼ੇ ਦੇ ਖਿਲਾਫ ਸੀ, ਪਰ ਇਹ ਗੱਲ ਕਈਆਂ ਨੂੰ ਸਹਿਣ ਨਾ ਹੋਈ। ਜਿਹੜੇ ਤਸਕਰ ਨੇ ਇਸ ਇਲਾਕੇ ਦੇ, ਉਹਨਾਂ ਦੇ ਵੱਲੋਂ ਬਦਮਾਸ਼ਾਂ ਨੂੰ ਸੱਦਿਆ ਗਿਆ ਅਤੇ ਇਸ ਪਰਿਵਾਰ 'ਤੇ ਹਮਲਾ ਕਰ ਦਿੱਤਾ ਗਿਆ। ਅਤੇ ਦੇਖ ਸਕਦੇ ਹੋ ਕਿ ਕਿਵੇਂ ਸ਼ਰੇਆਮ ਖੁੱਲ੍ਹੇ ਹਥਿਆਰਾਂ ਦੇ ਨਾਲ, ਨੰਗੇ ਹਥਿਆਰਾਂ ਦੇ ਨਾਲ ਗੁਰਸਿੱਖ ਪਰਿਵਾਰ 'ਤੇ ਹਮਲਾ ਕੀਤਾ ਗਿਆ ਹੈ। ਗੁਰਸਿੱਖ ਦਾ ਸਿਰ ਪਾੜ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਦੇਖ ਸਕਦੇ ਹੋ ਘਰ ਦੇ ਅੰਦਰ ਵੜਨ ਦੀ ਕਿਵੇਂ ਬਦਮਾਸ਼ ਕੋਸ਼ਿਸ਼ ਕਰ ਰਹੇ ਨੇ। ਇਹ ਤਾਂ ਸ਼ੁਕਰ ਹੈ ਨੇੜੇ CCTV ਲੱਗਾ ਸੀ, ਨਹੀਂ ਤਾਂ ਕਿਸੇ ਨੇ ਯਕੀਨ ਨਹੀਂ ਕਰਨਾ ਸੀ। ਤਾਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਨੌਜਵਾਨ ਜੋ ਕਿ ਗੁਰਸਿੱਖ ਹੈ, ਆਪਣੇ ਇਲਾਕੇ ਦੇ ਵਿੱਚ ਨਸ਼ਾ ਵੇਚਣ ਤੋਂ ਉਸਨੇ ਰੋਕਿਆ ਸੀ, ਤਾਂ ਉਸਨੂੰ ਦੇਖੋ ਕਿੰਨਾ ਮਹਿੰਗਾ ਪਿਆ। ਮੇਰੇ ਨਾਲ ਹੋਇਆ, ਮੈਂ ਡਿਊਟੀ ਕਰਕੇ ਘਰ ਆਇਆ ਅਤੇ ਚਾਚੇ ਹੋਣਾਂ ਦੀ ਲੜਾਈ ਹੋਈ ਹੈ ਅਤੇ ਇਹਨਾਂ ਦੇ ਸੱਟਾਂ ਪੁੱਟਾਂ ਲੱਗੀਆਂ ਮੇਰੇ ਚਾਚੇ ਹੋਣਾਂ ਦੇ ਸਾਰਿਆਂ ਦੇ, ਅਤੇ ਉਹ ਹਸਪਤਾਲ ਐਡਮਿਟ ਸੀ। ਅਤੇ ਮੈਨੂੰ ਫੋਨ ਆਇਆ ਚਾਚੇ ਨੂੰ ਕਿ ਸਾਡੇ ਉੱਧਰ ਘਰ ਚੱਲ ਜਾ ਕਿ ਕੋਈ ਚੋਰੀ ਨਾ ਕਰਕੇ ਲੈ ਜੇ। ਅਤੇ ਮੈਂ ਉੱਧਰ ਜਾਣ ਡਿਆ, ਮੈਂ ਆਪਣੀ ਚਾਚੀ ਨੂੰ ਲੈ ਕੇ, ਜਦੋਂ ਅਸੀਂ ਆਪਣਾ ਜਿੰਦਰਾ ਖੋਲ੍ਹ ਕੇ ਅੰਦਰ ਵੜੇ ਹਾਂ ਅਤੇ 6 ਜਣੇ ਆਏ ਆ, ਬੂਹੇ ਤੋੜ ਕੇ ਅੰਦਰ ਆਣ ਕੇ ਸਾਨੂੰ ਦਾਤਰ ਮਾਰਨਾ ਪਏ। ਪਹਿਲਾਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ, ਗੋਲੀ ਚੱਲੀ ਨਹੀਂ, ਫਿਰ ਜਿੰਨੇ ਵੀ ਦਾਤਰ ਉਹਨਾਂ ਮਾਰੇ, ਬਹੁਤ ਹੀ ਦਾਤਰ ਮਾਰੇ ਮੇਰੇ, ਦਾਤਰ ਮਾਰੇ ਮੈਂ ਉਹਨਾਂ ਨੂੰ ਧੱਕਾ ਧੁੱਕਾ ਮਾਰ ਕੇ ਬਾਹਰ ਭੱਜਾਂ, ਬਾਹਰ ਆਣ ਕੇ ਮੈਂ ਡਿੱਗ ਗਿਆ। ਡਿੱਗਦਿਆਂ ਸਾਰ ਫਿਰ ਮੇਰੇ ਦਾਤਰ ਮਾਰਨ ਲੱਗ ਪਏ ਆ, ਫਿਰ ਉਹਨਾਂ ਮੇਰੀ ਵੀਡੀਓ ਬਣਾਈ ਆ, ਮੇਰੇ ਕੇਸ ਫੜ ਕੇ ਨਾਲੇ ਮੇਰਾ ਸ੍ਰੀ ਸਾਹਿਬ ਲਾ ਕੇ ਲੈ ਗਏ ਆ। ਫਿਰ ਬਚਦਿਆਂ ਬਚਾਉਂਦਿਆਂ ਮੈਂ ਦੂਜੇ ਘਰ ਚਲ ਗਿਆ ਆਪਣੇ, ਫਿਰ ਉੱਥੇ ਆਣ ਕੇ ਨਾ ਗੋਲੀ ਚਲਾਈ ਆ, ਗੋਲੀ ਚਲਾਈ ਆ ਅਤੇ ਉੱਥੇ ਆਣ ਕੇ ਫਿਰ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਅਤੇ ਮੈਨੂੰ ਮੇਰੇ ਘਰਦਿਆਂ ਨੇ ਅੰਦਰ ਵਾੜ ਲਿਆ। ਕਾਰਨ ਆ ਕਿ ਉਹ ਨਸ਼ਾ ਵੇਚਦੇ ਆ ਅਤੇ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ ਕਿ ਸਾਡੇ ਘਰ ਲਾਗੇ ਨਸ਼ਾ ਨਾ ਵੇਚੋ, ਅਤੇ ਉਹ ਜਾਣ ਬੁੱਝ ਕੇ ਸਾਡੇ ਘਰ ਲਾਗੇ ਨਸ਼ਾ ਵੇਚਦੇ ਆਣ ਕੇ, ਜਦੋਂ ਵੀ ਵਿਰੋਧ ਕਰਦੇ ਉਦੋਂ ਸਾਡੇ ਨਾਲ ਲੜਦੇ ਆ। ਮੇਰੇ ਚਾਚੇ ਦੇ ਮੁੰਡੇ ਦੇ ਤਿੰਨਾਂ ਜਾਣਿਆਂ ਦੇ ਸੱਟਾਂ ਲੱਗੀਆਂ, ਇੱਕ ਮੇਰੇ ਭਰਾ ਦੇ ਸੱਟ ਲੱਗੀ ਆ, ਚਾਚੇ ਦੇ ਮੂੰਹ 'ਤੇ ਵੀ ਗਰਾਰੀ ਮਾਰੀ ਆ ਅਤੇ ਮੇਰੇ ਬਹੁਤ ਹੀ ਜ਼ਿਆਦਾ ਉਹਨਾਂ ਦਾਤਰ ਮਾਰੇ। ਮੰਗ ਇਹੋ ਹੀ ਆ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ, ਜਿਹੜੀ ਮੇਰੇ ਕੇਸਾਂ ਦੀ ਬੇਅਦਬੀ ਕੀਤੀ ਮੇਰਾ ਸ੍ਰੀ ਸਾਹਿਬ ਲਾ ਕੇ ਲੈ ਗਏ ਆ, ਇਹਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਆ। ਜਿੰਨੇ ਮੇਰੇ ਦਾਤਰ ਮਾਰੇ ਆ ਇਹ ਸਾਰਿਆਂ ਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ। ਤਿੰਨਾਂ ਲੜਕੀਆਂ ਦਾ ਮੈਂ ਬਾਪ ਹਾਂ, ਨਿੱਕੇ ਨਿੱਕੇ ਮੇਰੇ ਬੱਚੇ ਆ, ਇਕੱਲਾ ਕਮਾਉਣ ਵਾਲਾ ਵਾਂ, ਮੈਨੂੰ ਇਹਨਾਂ ਫੱਟਰ ਕਰਕੇ ਸੁੱਟਤਾ, ਮਾਰਤਾ ਹਿਸਾਬ ਨਾਲ ਮੈਨੂੰ।
ਮਨਪ੍ਰੀਤ ਜੇ, ਇੱਕ ਦਾ ਨਾਂ ਸ਼ਮਸ਼ੇਰ ਸਿੰਘ ਜੇ, ਸ਼ੇਰਾ ਸ਼ੇਰਾ ਕਹਿੰਦੇ ਉਹਨੂੰ। ਇਹਨਾਂ ਨੇ ਬਹੁਤ ਅੱਤ ਚੁੱਕੀ ਭਾਜੀ। ਭਾਜੀ ਨੰਗਰ ਨੇ ਰਾਹ ਡੱਕਤੇ ਸੀ ਅਤੇ ਇਹ ਕਹਿੰਦੇ ਸੀ ਤੁਹਾਡੇ ਨਾਲ ਵੇਖਣਾ ਵਾ, ਤੈਨੂੰ ਮਾਰਨਾ, ਗੋਲੀ ਮਾਰ ਕੇ ਮਾਰ ਦੇਣਾ, 20 ਸਾਲ ਅਸੀਂ ਜੇਲ੍ਹ ਕੱਟ ਕੇ ਆਉਣੀ ਆ, ਇਹ ਕੁਝ ਦੱਸਦੇ ਕਹਿੰਦੇ ਜੀ। ਭਾਜੀ ਇਹਨਾਂ ਗਰਾਰੀ ਨਾਲ ਕੀਤਾ ਅਤੇ ਕਿਰਪਾਨ ਨਾਲ, ਪਹਿਲਾਂ ਸਟਾਰਟਿੰਗ ਇਹਨਾਂ ਨੇ ਕਿਰਪਾਨਾਂ ਨਾਲ ਕੀਤਾ ਅਤੇ ਬਾਅਦ ਸਾਡਾ ਵੀਰ ਆਇਆ ਡਿਊਟੀਓਂ ਅਤੇ ਦਾਤਰਾ ਨਾਲ ਇਹਨਾਂ ਮਾਰਿਆ ਮੂਰਿਆ, ਟੱਕ ਟੁੱਕ ਲਾਏ ਆ, ਗੋਲੀ ਵੀ ਚੱਲੀ ਆ ਭਾਜੀ। ਭਾਜੀ ਇਹਨਾਂ ਨੂੰ ਗੋਲੀ ਮਾਰਦੇ ਲੱਗੇ ਸੀ ਅਤੇ ਇਹਨਾਂ ਨੇ ਉਹਨਾਂ ਨੂੰ ਪਿਸਟਲ ਫੜ ਲਿਆ ਗਾੜੀਓਂ ਅਤੇ ਉਹ ਲੋਕ ਹੋ ਗਿਆ। ਇਹ ਭੱਜਣ, ਇਹਨਾਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਭਾਜੀ ਕਰਨ ਦੀ ਮਦਦ ਸਾਡੀ। ਹਾਂਜੀ ਗਾਲ ਮੰਦਾ ਕੱਢਦੇ ਸਾਨੂੰ, ਤਾਂ ਗਾਲ ਮੰਦਾ ਨਾ ਕੱਢੋ ਵੀ, ਪਹਿਲਾਂ ਵੀ ਇਹਨੂੰ ਮੁੰਡੇ ਨੂੰ ਘੇਰਿਆ ਸੀ ਉਹਨਾਂ, ਮੁੜ ਕੇ ਬਾਅਦ ਫਿਰ ਦੂਜਿਆਂ ਨੂੰ ਘੇਰ ਲਿਆ, ਉਹ ਚੱਲ ਗਏ ਹਸਪਤਾਲ, ਤਾਂ ਮੁੜ ਕੇ ਇਹ ਮੁੰਡਾ ਆਇਆ ਡਿਊਟੀਓਂ ਅਤੇ ਮੈਨੂੰ ਕਹਿੰਦੇ ਵੀ ਚੱਲ ਫੋਨ ਕਰੀ ਜਾਂਦੇ, ਕਹਿੰਦੇ ਘਰ ਚੱਲ ਜਾਓ, ਘਰ ਚੱਲ ਜਾਓ, ਮੈਂ ਘਰ ਚੱਲ ਗਈ ਹਾਂ ਅਤੇ ਝਾਤੀਆਂ ਮਾਰੀ ਜਾਂਦੇ, ਜੇ ਅਸੀਂ ਅੰਦਰ ਚੱਲ ਗਏ ਤਾਂ ਅੰਦਰੋਂ ਉੱਤੋਂ ਪੌੜੀ ਲਾ ਕੇ ਅਤੇ ਥੱਲੇ ਆ ਗਏ ਅਤੇ ਸਾਨੂੰ ਤੀਜੇ ਕਮਰੇ 'ਚ ਜਾ ਕੇ ਅਤੇ ਮੁੰਡੇ ਨੂੰ ਮਾਰਨ ਡਹਿ ਗਏ ਆ ਜੀ। ਕਿੰਨੀ ਦੇਰ ਤੋਂ ਨਸ਼ਾ ਵੇਚਦੇ ਤੁਹਾਡੇ ਵੱਲੋਂ, ਕਿਹਦੇ ਤੋਂ ਵਿਰੋਧ ਕੀਤਾ ਜਾ ਰਿਹਾ? ਬੜੇ ਸਮੇਂ ਤੋਂ ਵੇਚ ਰਿਹਾ, ਬੋਲ ਕੇ ਦੱਸੋ ਨਾ। ਬੜੇ ਸਾਲ ਤੋਂ, 5-6 ਸਾਲ ਹੋ ਗਏ ਉਹਨਾਂ ਨੂੰ। ਅਤੇ ਕਿੰਨੀ ਵਾਰੀ ਲੜੇ ਤੁਹਾਡੇ ਨਾਲ? ਬਹੁਤ ਵਾਰੀ ਲੜੇ। ਹੁਣ ਇਸ ਵਾਰ ਕੀ ਹੋਇਆ? ਇਹ ਵਾਰ ਉਹਨੇ ਬਾਹਰ ਇਸ ਮੁੰਡੇ ਦੇ ਗੱਲ ਪੈਂਦੇ ਹੈ ਇਸੇ ਨਿੱਕੇ ਦੇ, ਹੈਂ, ਅਤੇ ਮੁੜ ਕੇ ਬਾਅਦ 'ਚ ਦੂਜੇ ਮੁੰਡੇ ਦੇ ਇਹਨੂੰ ਘਰ ਲੈ ਆਉਂਦਾ, ਮੁੜ ਕੇ ਦੂਜੇ ਮੁੰਡੇ ਨੂੰ ਇਹਨੂੰ ਸੱਟਾਂ ਸੁੱਟਾਂ ਲਾਤੀਆਂ, ਮੁੜ ਕੇ ਦੂਜੇ ਮੁੰਡੇ 'ਤੇ ਗੱਲ ਪੈ ਗਏ ਆ, ਅਸੀਂ ਘਰ ਨੂੰ ਆਉਣ ਡਏ ਹਾਂ ਅਤੇ ਉੱਥੇ ਕਿਰਪਾਨਾ ਲੈ ਕੇ ਦੋਵੇਂ ਜਾਣੇ ਖਲੋਤੇ, ਇੱਕ ਕੋਲ ਉਹ ਕਟਵਾ ਜਿਹਾ ਵਾ ਜਿਹੜਾ ਦੂਜਾ ਹੁੰਦਾ ਲੱਗਾ। ਦਾਤਰਾ ਹਾਂਜੀ, ਗੋਲੀਆਂ ਵੀ ਚਲਾਈਆਂ।